ਸਾਬਕਾ ਐਸ.ਪ ਸਲਵਿੰਦਰ ਸਿੰਘ ਨੂੰ ਗੁਰਦਾਸਪੁਰ ਅਦਾਲਤ ਨੇ ਵੱਡਾ ਝਟਕਾ ਦਿੱਤਾ ਹੈ ਅਤੇ ਉਹਨਾਂ ਨੂੰ 10 ਸਾਲ ਦੀ ਕੈਦ ਦੀ ਸਜ਼ਾ ਅਤੇ 50,000 ਰੁਪਏ ਜੁਰਮਾਨਾ ਲਗਾਇਆ। ਅਦਾਲਤ ਵੱਲੋਂ ਸਲਵਿੰਦਰ ਸਿੰਘ ਨੂੰ ਬਲਾਤਕਾਰ ਦੇ ਇਲਜ਼ਾਮ 'ਚ ਦੋਸ਼ੀ ਕਰਾਰ ਦਿੱਤਾ ਗਿਆ ਸੀ, ਜਿਸ ਤੋਂ ਬਾਅਦ ਅੱਜ ਉਹਨਾਂ ਨੂੰ ਅਦਾਲਤ ਵੱਲੋਂ ਸਜ਼ਾ ਸੁਣਾਈ ਗਈ ਹੈ। ਉਧਰ ਦੂਜੇ ਪਾਸੇ ਆਈ ਜੀ ਉਮਰਾ ਨੰਗਲ ਦੀਆਂ ਮੁਸ਼ਕਲਾਂ ਵੀ ਲਗਾਤਾਰ ਵੱਧਦੀਆਂ ਹੀ ਜਾ ਰਹੀਆਂ ਨੇ ਤੇ ਹੁਣ ਆਈ ਜੀ ਦਾ ਨਾਮ 1984 'ਚ ਫੇਕ ਐਨਕਾਊਂਟਰ 'ਚ ਵੀ ਸਾਹਮਣੇ ਆਇਆ। ਪਠਾਨਕੋਟ ਅੱਤਵਾਦੀ ਹਮਲੇ ਮਗਰੋਂ ਚਰਚਾ 'ਚ ਆਏ ਸਾਬਕਾ ਐਸ.ਪੀ. ਸਲਵਿੰਦਰ ਸਿੰਘ ਨੂੰ ਬਲਾਤਕਾਰ ਦੇ ਕੇਸ ਦੇ ਵਿੱਚ 10 ਸਾਲ ਦੀ ਕੈਦ ਅਤੇ 50,000 ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਗਈ ਹੈ। ਇਹ ਫੈਸਲਾ ਗੁਰਦਾਸਪੁਰ ਦੀ ਅਦਾਲਤ ਨੇ ਸੁਣਾਇਆ। ਸਲਵਿੰਦਰ ਸਿੰਘ ਤੇ ਬਲਾਤਕਾਰ ਦੇ ਇਲਜ਼ਾਮ ਲਗਾਏ ਗਏ ਸਨ, ਜਿਸ ਦੇ ਵਿੱਚ ਅਦਾਲਤ ਨੇ ਉਸ ਨੂੰ ਦੋਸ਼ੀ ਕਰਾਰ ਦਿੱਤਾ ਸੀ। ਅਦਾਲਤ ਵੱਲੋਂ ਸਲਵਿੰਦਰ ਨੂੰ 15 ਫਰਵਰੀ ਨੂੰ ਦੋਸ਼ੀ ਕਰਾਰ ਦਿੱਤਾ ਗਿਆ ਸੀ। ਇਸ ਕੇਸ ਦੇ ਵਿੱਚ ਸਜ਼ਾ ਦਾ ਐਲਾਨ ਕੀਤਾ ਗਿਆ। ਸਲਵਿੰਦਰ ਸਿੰਘ ਉੱਪਰ ਮਹਿਲਾ ਪੁਲਿਸ ਕਰਮਚਾਰੀ ਦੇ ਨਾਲ ਛੇੜਛਾੜ ਦੇ ਇਲਜ਼ਾਮ ਵੀ ਲਗਾਏ ਗਏ ਸਨ। ਵਿਵਾਦਾਂ ਵਿੱਚ ਘਿਰਨ ਕਰਕੇ ਸਲਵਿੰਦਰ ਸਿੰਘ ਨੂੰ ਜਬਰੀ ਸੇਵਾ ਮੁਕਤ ਕਰ ਦਿੱਤਾ ਗਿਆ ਸੀ। ਕਾਬਲੇ ਜ਼ਿਕਰ ਹੈ ਕਿ ਐਸ.ਪੀ. ਸਲਵਿੰਦਰ ਸਿੰਘ ਗੋਹੀ ਨੇ ਜਿਨ੍ਹਾਂ ਦਾ ਨਾਮ ਪਠਾਨਕੋਟ ਅੱਤਵਾਦੀ ਹਮਲੇ ਦੇ ਵਿੱਚ ਚਰਚਾ ਦੇ ਵਿੱਚ ਆਇਆ ਸੀ। ਦਰਅਸਲ ਪਠਾਨਕੋਟ ਅੱਤਵਾਦੀ ਹਮਲੇ ਤੋਂ ਪਹਿਲਾਂ ਐਸ.ਪੀ. ਸਲਵਿੰਦਰ ਦੀ ਗੱਡੀ ਅੱਤਵਾਦੀਆਂ ਨੇ ਖੋਹੀ ਸੀ, ਜਿਸ ਤੋਂ ਬਾਅਦ ਐਸ.ਪੀ. ਸਵਾਲਾਂ ਦੇ ਘੇਰੇ ਵਿੱਚ ਆ ਗਏ ਸਨ। ਸਲਵਿੰਦਰ ਨੇ ਉਸ ਵੇਲੇ ਕਿਹਾ ਸੀ ਕਿ ਉਸ ਨੂੰ ਪਾਕਿਸਤਾਨੀ ਅੱਤਵਾਦੀਆਂ ਨੇ ਅਗਵਾ ਕਰ ਲਿਆ ਸੀ। ਇਸ ਮਾਮਲੇ 'ਚ ਕੌਮੀ ਜਾਂਚ ਏਜੰਸੀ ਨੇ ਸਲਵਿੰਦਰ ਸਿੰਘ ਕੋਲੋਂ ਪੁੱਛਗਿੱਛ ਵੀ ਕੀਤੀ ਸੀ। ਉਧਰ ਬੇਅਦਬੀ ਗੋਲੀਕਾਂਡ 'ਚ ਕਸੂਤੇ ਘਿਰੇ ਆਈ ਜੀ ਉਮਰਾ ਨੰਗਲ ਦੀਆਂ ਮੁਸ਼ਕਲਾਂ ਵੀ ਘੱਟ ਹੋਣ ਦਾ ਨਾਮ ਨਹੀਂ ਲੈ ਰਹੀਆਂ ਅਤੇ ਹੁਣ ਆਈ ਜੀ ਦਾ ਨਾਮ ਇੱਕ ਫੇਕ ਐਨਕਾਊਂਟਰ ਦੇ ਵਿੱਚ ਸਾਹਮਣੇ ਆਇਆ। ਇਹ ਐਨਕਾਊਂਟਰ 1994 ਦੇ ਵਿੱਚ ਹੋਇਆ ਸੀ ਅਤੇ ਜਿਸ ਵਿਅਕਤੀ ਗੁਰਨਾਮ ਸਿੰਘ ਵਡਾਲਾ ਦਾ ਐਨਕਾਊਂਟਰ ਕੀਤਾ ਗਿਆ ਸੀ ਅਤੇ ਉਸਨੂੰ ਐਨਕਾਊਂਟਰ ਦੇ ਵਿੱਚ ਮਾਰਿਆ ਗਿਆ ਦੱਸਿਆ ਗਿਆ ਸੀ। ਦਰਅਸਲ ਉਹ ਚਿੰਦੇ ਨੇ। ਆ ਗੁਰਨਾਮ ਸਿੰਘ ਦੇ ਮੂੰਹੋਂ ਸੁਣਦੇ ਹਾਂ ਇਸ ਫੇਕ ਐਨਕਾਊਂਟਰ ਦੀ ਪੂਰੀ ਕਹਾਣੀ। ਮੈਂ ਆਪਦੀ ਜਾਨ ਬਚਾ ਕੇ ਲੁਕਿਆ ਹੋਇਆ ਸੀ ਕਿਤੇ। ਇਹਨਾਂ ਨੇ ਮੇਰੇ ਪਰਿਵਾਰ ਨੂੰ ਬਹੁਤ ਜ਼ਿਆਦਾ ਮਤਲਬ 1 ਮਹੀਨਾ ਤੰਗ ਕੀਤਾ, ਬਹੁਤ ਜ਼ਿਆਦਾ ਤਸੀਹੇ ਦਿੱਤੇ। ਹਰਿਆਣੇ ਦੇ ਵਿੱਚ ਮੇਰੀ ਭੈਣ ਬਲਵੀਰ ਕੌਰ ਆ ਅਤੇ ਉਸ 'ਤੇ ਨਾ ਇਹਨਾਂ ਜਾ ਕੇ ਰਾਤ 11 ਵਜੇ ਉੱਤੇ ਅਟੈਕ ਕੀਤਾ ਆ। ਉਹਦੀ ਲੱਤ ਤੋੜ ਆਏ ਆ, ਬਹੁਤ ਜ਼ਿਆਦਾ ਤਸ਼ੱਦਦ ਕੀਤਾ ਮੇਰੇ ਭਨੇਵੇਂ 'ਤੇ, ਬਹੁਤ ਜ਼ਿਆਦਾ ਤਸ਼ੱਦਦ ਕੀਤਾ ਇਹਨਾਂ। ਉਸ ਤੋਂ ਬਾਅਦ ਉਹਨਾਂ ਸਾਰੇ ਟੱਬਰ ਨੂੰ ਲੱਦ ਕੇ ਲੈ ਆਏ ਆ, ਫਿਰ ਰਾਜ ਵਿੱਚ ਲਾ ਕੇ ਛੱਡ ਦਿੱਤਾ ਆ। ਫਿਰ ਉਸ ਤੋਂ ਬਾਅਦ ਮੇਰੇ ਭਰਾ ਨੂੰ ਚੱਕ ਲਿਆ ਨਾ, ਛੋਟੇ ਨੂੰ ਜੰਬਰ ਸਿੰਘ ਨੂੰ, ਉਹਦੇ ਨਾਲ ਸਿਰ 'ਚ ਵੱਟ ਮਾਰ ਕੇ ਉਹਨੂੰ ਛਿਦਾਈ ਕਰ ਦਿੱਤਾ, ਮਤਲਬ ਬਹੁਤ ਬੁਰਾ ਹਾਲ ਕੀਤਾ ਇਹਨਾਂ। ਉਹਦੇ ਵੀ ਛਿਦਾਈ ਮੈਂ ਟਲਿਆ ਹੋਇਆ ਇਹਨਾਂ ਦੀ ਕੁੱਟ ਤੋਂ, ਅਤੇ ਵੱਡੇ ਭਰਾ ਨੂੰ ਲੈ ਕੇ ਫਿਰ ਉਹਨੂੰ 1 ਮਹੀਨਾ ਨਹੀਂ ਇਹਨਾਂ ਛੱਡਿਆ।